ਚਾਹੇ ਸਟੇਟ ਦਾ ਮੁੱਖ ਮੰਤਰੀ ਉਹ ਐਨਰਜੀ ਅਤੇ ਟਾਈਮ ਆਪਣੀ ਸਟੇਟ ਦੀ ਬਿਹਤਰੀ, ਲੋਕਾਂ ਦੀ ਬਿਹਤਰੀ ਲਈ ਲਾ ਲਵੇ, ਮੈਨੇਜਮੈਂਟ ਦੇ ਵਿੱਚ ਲਾ ਲਵੇ, ਅਤੇ ਚਾਹੇ ਫਿਰ ਉਹ ਪੂਰੇ ਦੇਸ਼ ਦੇ ਵਿੱਚ ਤੁਰਿਆ ਫਿਰੇ ਹੈਲੀਕਾਪਟਰ ਲੈ ਕੇ। ਅੱਜ ਹਾਲਾਤ ਇਹ ਆ, ਜਿਹੜੇ ਕੰਮ ਵਾਸਤੇ ਸਤਿਕਾਰਯੋਗ ਮੁੱਖ ਮੰਤਰੀ ਨੂੰ ਲੋਕਾਂ ਨੇ ਚੁਣ ਕੇ ਵੱਡਾ ਮੈਂਡੇਟ ਦੇ ਕੇ CM ਬਣਾਇਆ, ਉਹ ਕੰਮ ਤਾਂ ਲੈਣਾ ਸੀ ਅਸੀਂ ਪੰਜਾਬ ਦਾ, ਅਤੇ ਉਹ ਤੁਰੇ ਫਿਰਦੇ ਸਾਰੇ ਮੁਲਕ ਦੇ ਵਿੱਚ ਪੰਜਾਬ ਦੇ ਸੋਰਸਿਸ ਦਾ ਸੱਤਿਆਨਾਸ਼ ਕਰਦੇ ਹੋਏ। ਇਸ ਕਰਕੇ ਕੋਈ ਧਿਆਨ ਨਹੀਂ ਹੈਗਾ, ਸਰਕਾਰ ਦਾ ਕੋਈ ਧਿਆਨ ਨਹੀਂ, ਚਾਹੇ ਉਹ ਬਿਜਲੀ ਦੇ ਕੱਟ ਆ, ਚਾਹੇ ਉਹ ਕਰਪਸ਼ਨ ਦਾ ਮਾਹੌਲ ਆ, ਚਾਹੇ ਉਹ ਲਾਅ ਐਂਡ ਆਰਡਰ ਆ, ਵਰਸਟ ਕੰਡੀਸ਼ਨ ਹੋ ਗਈ ਪੰਜਾਬ ਦੀ। ਸਰ, ਪਾਰਕਾਂ ਦੀ ਅਗਰ ਗੱਲ ਕੀਤੀ ਜਾਵੇ, ਪਾਰਕਾਂ ਜਿਹੜੀਆਂ ਨੇ ਉਹ ਵੀ ਜਿਹੜੇ ਝੂਲੇ ਤੁਸੀਂ ਲਗਾਏ ਸੀ ਜਾਂ ਕੋਈ ਵੀ ਚੀਜ਼ ਲਗਾਈ ਸੀ, ਡਿਵੈਲਪਮੈਂਟ ਕੀਤੀ ਸੀ, ਉਹਦਾ ਵੀ ਕੰਮ ਠੱਪ ਹੋਏ ਹੋਏ? ਤਾਂ ਮੈਂ 26 ਮਹੀਨੇ ਸਾਰੇ ਜਿੰਨੇ ਐਕਸਰਸਾਈਜ਼ ਕਰਨ ਵਾਲੇ, ਸੈਰ ਕਰਨ ਵਾਲੇ, ਯੋਗਾ ਕਰਨ ਵਾਲੇ ਮੇਰੇ ਭਰਾ ਭੈਣਾਂ ਮੈਂ ਪੁੱਛ ਕੇ ਆਇਆ, 26 ਮਹੀਨੇ ਹੋ ਗਏ ਝਾੜੂ ਦੀ ਸਰਕਾਰ ਬਣੀ ਨੂੰ, ਕੋਈ ਡੱਕਾ ਤੋੜ ਕੇ ਦੋਹਰਾ ਕੀਤਾ ਹੋਵੇ 26 ਮਹੀਨਿਆਂ ਦੇ ਅੰਦਰ? ਜੋ ਆ ਸਾਡੇ ਸੋਮਾ ਜੀ ਕੌਂਸਲਰ ਇਸ ਏਰੀਏ ਦੇ ਪੰਨੂ ਸਾਹਿਬ, ਔਰ ਮੈਂ 10 ਸਾਲ ਰਿਹਾ, ਜੋ ਅਸੀਂ ਕਰਾ ਕੇ ਗਏ ਸੀ ਉੱਥੇ ਕੰਮ ਦੀ ਐਂਡ ਹੋਇਆ ਖੜਾ। ਸੋ ਮੈਂ ਇਨਸ਼ੋਰ ਕਰਨ ਆਇਆ ਰਾਜੇ ਵੜਿੰਗ ਲਈ ਵੋਟ ਮੰਗਣ ਵਾਸਤੇ, ਐਂਡ ਰਾਜੇ ਵੜਿੰਗ ਦੇ ਪਾਰਲੀਮੈਂਟ ਮੈਂਬਰ ਬਣਨ ਤੋਂ ਬਾਅਦ ਰਾਜਾ ਜੀ ਦਾ ਪਹਿਲਾ ਅੰਗੂਠਾ MP ਲੈਡ ਫੰਡ ਦੇ ਵਿੱਚੋਂ ਬਸੰਤ ਪਾਰਕ ਲਈ ਲਵਾ ਕੇ ਲੈ ਕੇ ਆਊਂਗਾ। ਸਰ, ਪ੍ਰਾਈਵੇਟ ਜਿਹੜੇ ਹੋਸਪਿਟਲ ਹੈ ਉਹਨਾਂ ਦੇ ਬੈੱਡ ਦਾ ਜਿਹੜਾ ਖਰਚਾ ਆ, 5-star ਹੋਟਲ ਦੇ ਖਰਚੇ ਨਾਲੋਂ ਜਿਹੜਾ ਹੈਗਾ ਇਸ ਵੇਲੇ ਮਹਿੰਗਾ ਆ, ਕਿੱਥੇ ਜਾਏਗਾ ਬੰਦਾ? ਇਹ ਕਹਿੰਦੇ ਜੀ ਅਸੀਂ ਆਮ ਆਦਮੀ ਕਲੀਨਿਕ ਹੋਸਪਿਟਲ, ਮੁੱਖ ਮੰਤਰੀ ਦੀ ਪਤਨੀ ਖੁਦ ਬੱਚਾ ਪੈਦਾ ਕਰਦੀ ਆ, ਬੇਟੀ ਹੋਈ ਉਹਨਾਂ ਦੇ, ਤਾਂ ਉਹ ਆਪ ਚੰਡੀਗੜ੍ਹ ਮੋਹਾਲੀ ਦੇ ਸਭ ਤੋਂ ਮਹਿੰਗੇ ਹੋਸਪਿਟਲ ਦੇ ਵਿੱਚ, ਜੇ ਤੁਹਾਡੇ ਖੁਦ ਦੇ ਹੋਸਪਿਟਲ ਇੰਨੇ ਚੰਗੇ ਆ, ਤੁਸੀਂ ਆਪਣਾ ਅਤੇ ਆਪਣੀ ਫੈਮਿਲੀ ਦਾ ਇਲਾਜ ਇਹਨਾਂ ਹੋਸਪਿਟਲਾਂ 'ਚੋਂ ਕਿਉਂ ਨਹੀਂ ਕਰਾਉਂਦੇ? ਐਂਡ ਪ੍ਰਾਈਵੇਟ ਮੈਡੀਕਲ ਮਾਫੀਆ ਕਹੂੰਗਾ ਮੈਂ, ਇੱਕ ਬੰਦਾ ਜਿਹਦੀ 20,000 ਰੁਪਇਆ ਤਨਖਾਹ, ਉਹਦੇ ਫੈਮਿਲੀ 'ਚ ਕੋਈ ਬਿਮਾਰ ਹੋ ਗਿਆ, ਉਹਨੂੰ ਪੁੱਛ ਕੇ ਦੇਖੋ ਕੀ ਭਾਅ ਬੀਤਦੀ ਆ ਉਹਦੇ ਉੱਤੇ, ਕਿੱਥੇ ਜਾਵੇ ਉਹ? ਕਿਹੜੇ ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਹੋ, ਕਿਹੜੇ ਸਿਵਲ ਹੋਸਪਿਟਲ ਦੀ ਗੱਲ ਕਰਦੇ ਹੋ ਜਿੱਥੇ ਡਾਕਟਰ ਹੈਗੇ ਦਵਾਈਆਂ ਹੈ ਨਹੀਂ ਗੀਆਂ, ਜਿੱਥੇ ਦਵਾਈਆਂ ਹੈਗੀਆਂ ਉੱਥੇ ਮਸ਼ੀਨਾਂ ਹੈ ਨਹੀਂ ਗੀਆਂ, ਜਿੱਥੇ ਕੋਈ ਡਾਕਟਰ ਬੈਠਾ ਉੱਥੇ ਬਿਲਡਿੰਗ ਹੈ ਨਹੀਂ ਗੀ, ਇੱਦਾਂ ਦੇ ਵਰਸਟ ਕੰਡੀਸ਼ਨ ਪੰਜਾਬ ਦੇ ਆ। ਸਰ, ਲਾਡੋਵਾਲ ਦਾ ਟੋਲ ਪਲਾਜ਼ਾ 23 ਸਾਲ ਹੋ ਗਏ ਨੇ, ਅਜੇ ਵੀ ਮੌਜੂਦ ਹੈ, ਕਦ ਹਟਾਉਗੇ, ਕਿਉਂ ਨਹੀਂ ਸਰਕਾਰ ਧਿਆਨ? ਸੋ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਦੇ ਵਿੱਚ, ਤੁਹਾਨੂੰ ਯਾਦ ਹੋਊਗਾ ਅਸੀਂ ਬੜਾ ਸਟਰਗਲ ਕੀਤਾ ਟੋਲ ਮਾਫੀਆ ਦੇ ਵਿਰੁੱਧ, ਉਹਨਾਂ ਦੀ ਲੁੱਟ ਦੇ ਵਿਰੁੱਧ, ਐਂਡ ਅਸੀਂ ਉਹ 300 ਮੀਟਰ ਵਾਲਾ ਲਾਗੂ ਕਰਵਾਇਆ, ਐਂਡ ਸਮੇਂ ਦੀ ਸਰਕਾਰ ਗੱਪਾਂ ਛੱਡੇ, ਸਮੇਂ ਦੀ ਸਰਕਾਰ ਅਤੇ ਕੇਂਦਰ ਸਰਕਾਰ NHAI ਰਲ ਕੇ ਲੋਕਾਂ ਨੂੰ ਲੁੱਟ ਰਹੀ ਆ। ਜਿਹੜਾ ਕਮਿਟਰ ਕੋਈ ਗੱਡੀ ਲੈ ਕੇ ਜਾਂਦਾ, ਕੋਈ ਉਹ ਕੋਈ ਟਾਈਮ ਸੀਮਾ, ਕੋਈ ਬੋਰਡ ਲਗਾਓ ਤੁਸੀਂ ਉੱਥੇ ਵੀ ਇੰਨੀ ਦੇਰ ਟੋਲ ਕਲੈਕਸ਼ਨ ਹੋਣੀ ਹੈ, ਇਸ ਤਰੀਕ ਤੋਂ ਬਾਅਦ ਨੋ ਟੋਲ ਫੀਸ। ਤਾਂ ਮੈਂ ਬੋਰਡ ਲਾ ਕੇ ਆਇਆ ਤੁਹਾਡੀ ਹਾਜ਼ਰੀ ਦੇ ਵਿੱਚ, ਲਾਈਨਾਂ ਪੀਲੇ ਰੰਗ ਦੀਆਂ ਖਿੱਚ ਕੇ ਆਇਆ 10 ਸੈਕਿੰਡ, ਔਰ ਆਹ ਲਾਈਨ ਖਿੱਚਤੀ, ਇਸ ਤੋਂ ਪਿੱਛੇ ਜੇ ਤੁਸੀਂ ਖੜਨਾ ਪੈ ਗਿਆ ਤਾਂ ਨੋ ਨੀਡ ਟੂ ਪੇ ਟੋਲ ਫੀਸ। ਬੋਰਡ ਲੱਗਣੇ ਚਾਹੀਦੇ ਆ ਨਿਯਮਾਂ ਅਨੁਸਾਰ, ਲਿਖਿਆ ਹੋਇਆ ਹੈ NHAI ਦੇ ਜਿਹੜੇ ਰੂਲ ਬੁੱਕ ਹੈਗੀ ਆ, ਉਹਦੇ ਵਿੱਚ ਮੈਂਸ਼ਨ ਆ ਕਿ ਹਰ ਟੋਲ ਦੇ ਉੱਤੇ ਏਜੰਸੀ ਜਿਹੜੀ ਟੋਲ ਕਲੈਕਸ਼ਨ ਕਰ ਰਹੀ ਆ ਉਹ ਬੋਰਡ ਲਾਊਗੀ ਵੀ ਕਿੰਨੀ ਫੀਸ, ਕਿੰਨੀਆਂ ਉਹਦੀਆਂ ਨਿਯਮ ਸ਼ਰਤਾਂ, ਕਿੰਨੇ ਸਕਿੰਟ ਤੁਸੀਂ ਖੜਨਾ, ਅਤੇ ਕਿੰਨੇ ਟਾਈਮ ਤੱਕ ਇਹ ਟੋਲ ਪਲਾਜ਼ੇ ਦੀ ਮਿਆਦ ਹੈਗੀ ਆ, ਨਹੀਂ ਹੈਗਾ ਕਿਤੇ ਵੀ। ਕਿਸਾਨਾਂ ਨੂੰ ਧਮਕੀ ਦਿੱਤੀ ਆ ਭਾਜਪਾ ਜਿਹੜੇ ਉਮੀਦਵਾਰ? ਸੋ ਇਹ ਧਮਕੀ ਦਾ 1 ਤਰੀਕ ਨੂੰ ਟ੍ਰੇਲਰ ਅਤੇ 4 ਤਰੀਕ ਨੂੰ ਪੂਰਾ ਸੀਨ, ਪੂਰੀ ਫਿਲਮ ਚੱਲੂਗੀ 4 ਤਰੀਕ ਨੂੰ। ਉਹ ਲੋਕ ਜਿਹੜੇ ਕਹਿੰਦੇ ਸੀ ਅਬਕੀ ਵਾਰ 400 ਪਾਰ, ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ 400 ਪਾਰ ਕਿਹੜੀ ਚੀਜ਼ ਹੈ, ਅੱਗੇ ਤਾਂ ਲਿਖਿਆ ਕੁਛ ਨਹੀਂ। 400 ਪਾਰ ਦਾ ਮਤਲਬ ਵੀ 400 ਰੁਪਈਏ ਦੀ ਆਟੇ ਦੀ ਬੋਰੀ ਕਰਨੀ ਹੈ, 400 ਰੁਪਈਏ ਲੀਟਰ ਪੈਟਰੋਲ ਕਰਨਾ,
400 ਰੁਪਏ ਲੀਟਰ ਤੁਹਾਡਾ ਘਿਓ ਤੇ ਖਾਣ ਵਾਲਾ ਤੇਲ ਕਰਨਾ 400 ਦਾ ਮਤਲਬ ਇਹ ਲੋਕ ਸਮਝ ਗਏ ਇਹਨਾਂ ਦਾ ਅਬਕੀ ਵਾਰ 400 ਪਾਰ ਕਿ 400 ਪਾਰ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ ਨੇ ਤੇ ਲੋਕਾਂ ਨੇ ਦੇਸ਼ ਭਰ ਦੇ ਅੰਦਰ ਮਨ ਬਣਾ ਲਿਆ ਮੀਡੀਆ ਦੀਆਂ ਪ੍ਰੈਡਿਕਸ਼ਨ ਰਿਪੋਰਟਾਂ ਸਰਵੇ ਸਾਹਮਣੇ ਆ ਰਹੇ ਆ 400 ਤੋਂ 300 300 ਤੋਂ 250 250 ਤੋਂ 200 ਹੁਣ ਤਾਂ 200 ਤੋਂ ਥੱਲੇ ਗੱਡੀ ਆ ਗਈ ਦੇਸ਼ ਦੇ ਅੰਦਰ ਮੁਹੱਬਤ ਦੀ ਦੁਕਾਨ ਚਲਾਉਣ ਵਾਲਾ ਰਾਹੁਲ ਗਾਂਧੀ ਸਰਕਾਰ ਕਾਂਗਰਸ ਪਾਰਟੀ ਦੀ ਬਣੂਗੀ ਦੇਸ਼ ਅੰਦਰ ਸਰ 4 ਤਰੀਕ ਤੋਂ ਪਹਿਲਾਂ ਜਿਹੜਾ ਅੱਜ ਤੁਸੀਂ ਭੰਗੜਾ ਜਿਹੜਾ ਆ ਪਾ ਦਿੱਤਾ ਹੈ ਕੀ ਉਮੀਦ ਹੈ ਅੱਜ ਤਾਂ ਟ੍ਰੇਨਿੰਗ ਲਈ ਆ ਭੰਗੜਾ ਦਾ 4 ਨੂੰ ਪਾਵਾਂਗੇ ਅੱਜ ਤਾਂ ਸਿੱਖਿਆ ਭੰਗੜਾ ਪਾਉਣਾ ਹਜੇ ਅੱਜ ਬੈਂਸ ਸਾਹਿਬ ਜਦੋਂ ਇੱਥੇ ਆਏ ਨੇ ਤੇ ਅੱਜ ਲੋਕਾਂ ਦੇ ਚਿਹਰੇ ਦੇਖ ਕੇ ਲੱਗਦਾ ਸੀ ਵੀ ਇੱਕ ਜਿਹੜੇ 2012 ਵਾਲੀ ਲਹਿਰ ਸੀਗੀ ਤੇ ਜਿਹੜਾ ਲੋਕਾਂ ਦੇ ਮਨਾਂ 'ਚ 2012 ਵਾਲਾ ਚਾਉ ਸੀ ਤੇ ਅੱਜ ਸਾਨੂੰ ਲੋਕਾਂ ਦੇ ਚਿਹਰਿਆਂ ਤੋਂ ਦੇਖਣ ਨੂੰ ਮਿਲਿਆ ਤੇ ਲੋਕਾਂ ਨੇ ਅੱਜ ਬਹੁਤ ਵੱਡਾ ਭਰੋਸਾ ਦਿੱਤਾ ਰਾਜੇ ਵੜਿੰਗ ਲਈ ਵੀ ਜਿਹੜੀ ਵੋਟ ਅਸੀਂ ਪਾਵਾਂਗੇ ਤੇ ਰਾਜੇ ਵੜਿੰਗ ਨੂੰ ਪਾਵਾਂਗੇ ਤੇ ਬੈਂਸ ਸਾਹਿਬ ਇੱਕ ਵਾਅਦਾ ਵੀ ਸਾਡੇ ਨਾਲ ਪਾਰਕ ਵਾਲਿਆਂ ਲੋਕਾਂ ਲਈ ਜਿਹੜੇ ਪਾਰਕ ਨੂੰ ਪ੍ਰੇਮ ਕਰਦੇ ਨੇ ਪਾਰਕ 'ਚ ਸਵੇਰ ਲਈ ਆਉਂਦੇ ਨੇ ਸੈਰ ਕਰਦੇ ਨੇ ਤੇ ਉਹ ਕਹਿੰਦੇ ਵੀ ਵੜਿੰਗ ਸਾਹਿਬ ਜਦੋਂ MP ਬਣ ਗਏ ਤੇ ਉਹਨਾਂ ਦੇ ਲੱਡ ਫੰਡ ਦੇ ਵਿੱਚੋਂ ਪਹਿਲੀ ਗ੍ਰਾਂਟ ਜਿਹੜੀ ਆ ਉਹ ਇਸ ਬਸੰਤ ਪਾਰਕ ਲਈ ਲੈ ਕੇ ਆਉਣਾ ਸਰ ਬਸੰਤ ਪਾਰਕ ਦੀ ਡਿਵੈਲਪਮੈਂਟ ਬਿਲਕੁਲ ਰੁਕੀ ਹੋਈ ਸੀ ਸੂਬੇ 'ਚ ਸਰਕਾਰ ਬਣ ਗਈ ਵਾਅਦੇ ਬੜੇ ਕੀਤੇ ਸੀ ਉਹਨਾਂ ਨੇ ਕੀ ਕਹੋਗੇ ਸਰ ਤੇ ਮੈਨੂੰ ਲੱਗਦਾ ਵੀ ਅੱਜ 26 ਮਹੀਨੇ ਸਰਕਾਰ ਬਣੀ ਨੂੰ ਹੋ ਗਏ ਨੇ ਉਦੋਂ ਪਹਿਲਾਂ ਜਿੰਨੀ ਵੀ ਡਿਵੈਲਪਮੈਂਟ ਹੋਈ ਸੀ ਇਹ ਸਾਡੀ ਸਾਰੀ ਪੁਰਾਣੀ ਟੀਮ ਨੇ ਕੀਤੀ ਹੈ ਚਾਹੇ ਪੰਨੂ ਸਾਹਿਬ ਖੜ੍ਹੇ ਨੇ ਬੈਂਸ ਸਾਹਿਬ ਖੜ੍ਹੇ ਨੇ ਤੇ ਮੈਨੂੰ ਲੱਗਦਾ 26 ਮਹੀਨਿਆਂ ਦੇ ਅੰਦਰ ਇਸ ਪਾਰਕ ਦੇ ਅੰਦਰ ਇੱਕ ਨਵੇਂ ਪੈਸੇ ਦੀ ਡਿਵੈਲਪਮੈਂਟ ਨਹੀਂ ਹੋਈ ਇਹ ਵੀ ਜਿਹੜੀ ਪਾਰਕ ਦੀ ਸਾਫ਼ ਸਫਾਈ ਦਾ ਕੰਮ ਚੱਲਦਾ ਇਹ ਸਾਡੇ ਰਾਜੂ ਸ਼ਰਮਾ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਪਾਰਕ ਪ੍ਰੇਮੀ ਨੇ ਅਤੇ ਉਹ ਆਪਣੇ ਕੋਲੋਂ ਕਈ ਵਾਰ ਪੈਸੇ ਖਰਚ ਕੇ ਅਤੇ ਕਿਤੇ ਨਾ ਕਿਤੇ ਸੈਂਟਰੀ ਵਾਲਿਆਂ ਨੂੰ ਬੇਨਤੀ ਕਰਕੇ ਪਾਰਕ ਦੀ ਸਫਾਈ ਕਰਾਉਂਦੇ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਉਹ ਸਵੇਰੇ ਆ ਜਾਂਦੇ ਨੇ ਅਤੇ ਮੈਨੂੰ ਲੱਗਦਾ ਵੀ 4 ਘੰਟੇ ਇੱਥੇ ਪਾਰਕ ਦੇ ਵਿੱਚ ਲਾ ਕੇ ਜਾਂਦੇ ਸਰ ਅਗਰ ਬਿਜਲੀ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਬਿਜਲੀ ਦੇ ਕੱਟ ਜਿਹੜੇ ਲੱਗ ਰਹੇ ਨੇ ਜਿਹਨਾਂ ਇੰਡਸਟਰੀ ਅਤੇ ਕਿਸਾਨਾਂ ਨੂੰ ਜਿਹੜਾ ਇਸ ਸਮੇਂ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਜਦੋਂ ਅਸੀਂ TV 'ਤੇ ਦੇਖ ਲੈਂਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਤਾਂ ਬਹੁਤ ਵੱਡੇ ਵੱਡੇ ਭਾਸ਼ਣ ਨੇ ਪਰ ਅਸਲੀਅਤ ਜਦੋਂ ਅਸੀਂ ਆਪ ਦੇਖਦੇ ਹਾਂ ਅਸੀਂ ਇੰਡਸਟਰੀ ਵਾਲੇ ਹਾਂ ਤਾਂ ਸਾਨੂੰ ਰੋਜ਼ 2 ਤੋਂ 4 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਮਾੜੀ ਵਿਵਸਥਾ ਬਿਜਲੀ ਮਹਿਕਮੇ ਦੀ ਹੈਗੀ ਆ ਸੋ ਜਿਹੜੇ ਲਾਰੇ ਨੇ ਉਹ ਆਪਾਂ ਸਾਰਿਆਂ ਨੇ ਦੇਖ ਲਏ ਨੇ ਅਤੇ ਆਉਣ ਵਾਲੀ ਜਿਹੜੀ 1 ਜੂਨ ਨੂੰ ਵੋਟ ਆ ਲੋਕਾਂ ਨੇ ਰਾਜੇ ਵੜਿੰਗ ਨੂੰ ਕਾਂਗਰਸ ਨੂੰ ਪਾਉਣੀ ਆ ਅਤੇ ਸੈਂਟਰ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਬਣਾਉਣੀ ਹੁੰਗਾਰਾ ਕਿੱਦਾਂ ਦਾ ਸਰ ਮਿਲ ਰਿਹਾ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਅਤੇ ਮੈਨੂੰ ਲੱਗਦਾ ਵੀ ਇੱਕ ਪਾਸੜ ਜਿਹੜੀ ਲਹਿਰ ਚੱਲ ਰਹੀ ਹੈ ਰਾਜੇ ਵੜਿੰਗ ਦੇ ਹੱਕ 'ਚ ਕਿਉਂਕਿ ਆਹ ਸਾਡੇ ਜਿਹੜੇ ਹਲਕੇ ਨੇ ਕਿਤੇ ਨਾ ਕਿਤੇ ਸਾਡੀ ਸਾਰੀ ਟੀਮ ਨੂੰ ਪਿਆਰ ਕਰਦੇ ਨੇ ਅਤੇ ਉਹਨਾਂ ਦੇ ਆਸਰੇ ਭਰੋਸੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਇਸ ਵਾਰ ਜਿਹੜੀ ਆ ਜਿੱਤ ਤਾਂ ਪੱਕੀ ਆ ਜੀ ਅਤੇ ਜਿਹੜਾ ਵੋਟਾਂ ਦਾ ਮਾਰਜਨ ਆ ਉਹ ਤਕਰੀਬਨ ਮੈਨੂੰ ਲੱਗਦਾ ਵੀ 1 ਲੱਖ+ ਦੇ ਨੇੜੇ ਤੇੜੇ ਜਾਊ